मरासी जुत्ती फड़ी सीधा उत्थे गया। हाँ उन्हें जाग दे जफर के सिर च खड़का के उन्हें कहा, जफरिया तू इतने बैठे चवल दे पुत्रा, तेरे भुलेखे चे उत्थे दो बंदे फंड छड़े ने। एक ना चूचा खड़े बापा मैं तो ओदा ना कोई नाल है कोई वो कोई सब्जी आके कोई दाल आके कोई वाह वर्तन वाली गल नहीं दसनी कि किसी भैन भरा नाल चंगा वर्तो यार। कोविड दी 5 साल ते उमती दे उड़ लक कछी भी ना होवे है जी। तमूड़ियां लड़दियां जा उमती जेड़ा तमूड़ियां लांदा लड़ांदा फिरे बेचारा है जी। मियां मोहम्मद बाद शहरां दी भी क्या बात है, उधर साईं सरदार होया कक्के वाला शायर ने जनाब बयान की अपना बाबा कसूरमंद हो गया। मिठा मेवा बेरी देवे फिर भी वटे खावे। वाह वाह अर्ज किया जी सुनो जरा। मिठा मेवा बेरी देवे फिर भी वटे खावे सबर बेरी दा वेह मुहम्मद। मियां साहब आंदे ने सबर बेरी दा वेह मुहम्मद नेकी कर दी जावे। बिस्मिल्लाह रहमान रहीम। तुसी वेख रहे हो पंजाबी बैठक ते तुहाडा मेज़बान हसनैन चौधरी हाजर है ते दूजे मेज़बान सैयद इबरार नकवी। अज दे प्रोग्राम दा साडा हिस्सा ने मेहमान सहावत अली मिठू साहब, सैयद अदील नकवी ते सैयद अबद बहारी। वधिया प्रोग्राम है तुहाडा पंजाबी बैठक जिहड़ा तुसी पंजाबी नूं फरोग दिंदे हो ਵਧੀਆ। ਆਪਣਾ ਸਾਰੇ ਨਿਜ਼ਾਮ ਆਪਣੇ ਪੁਰਾਣੇ ਵਕਤ ਦੌਰ ਦੀਆਂ ਗੱਲਾਂ ਛੱਲਾਂ ਵਿੱਚ ਪ੍ਰੋਗਰਾਮ ਦੇ ਆਉਣ, ਕੋਈ ਆਈ ਦੀ ਨਵੀਂ ਨਸਲ ਨੂੰ ਵੀ ਪਤਾ ਲੱਗੇ ਵੀ ਕੋਈ ਸਾਡੀ ਇਹ ਪੰਜਾਬੀ ਜ਼ਬਾਨ ਮਾਦਰੀ ਜ਼ਬਾਨ ਅਤੇ ਕੋਈ ਇਹਦੀ ਵੀ ਅਹਿਮੀਅਤ ਸਾਡੇ ਮੁਲਕ ਦੇ ਵਿੱਚ। ਅਤੇ ਬੜੀ ਖੁਸ਼ੀ ਹੈ ਜੀ ਤੁਸੀਂ ਇਹ ਪੰਜਾਬੀ ਨੂੰ ਫਰੋਗ ਦੇਣ ਵਾਲਾ ਮੌਜੂ ਰੱਖਿਆ। ਅੱਜ ਦੇ ਪ੍ਰੋਗਰਾਮ 'ਚ ਅਸਾਂ ਗੱਲਾਂ ਵੀ ਪਿੰਡ ਦੇ ਬੰਦਿਆਂ ਦੇ ਕਰਨੀਆਂ ਨੇ, ਕੈਸੇ ਸੋਹਣੇ ਸਾਦਾ ਤਬੀਅਤ ਬੰਦੇ ਨੇ, ਕੈਸੇ ਮਿਹਨਤੀ ਨੇ ਜੀ, ਇਹੀ ਮੌਜੂ ਹੈ ਅੱਜ ਦੀ ਸਾਡੀ ਬੈਠਕ ਦਾ। ਜਿਆ ਜਿਆ ਤੇ ਨਾਲੇ ਇੱਕ ਦੂਜੇ ਦਾ ਯਾਦ ਰਾਮ ਪਿੰਡਾਂ ਵਿੱਚ ਜੀ ਹੈ ਵੀ ਬੜਾ ਡੇਰਿਆਂ ਵੱਲੋਂ ਵੇਖ ਕੇ ਵੀ ਬੰਦੇ ਵੀ ਆ ਚਲੋ ਸਾਡੇ ਅੱਬੇ ਨਾਲੇ ਦਾ ਚੰਗਾ ਤਲਕ ਤੇ ਅੱਗੋਂ ਨਵੀਂ ਨਸਲ ਵੀ ਯਾਦ ਕਰਦੀ। ਸ਼ਹਿਰਾਂ ਵਿੱਚ ਤਾਂ ਫਿਰ ਗੱਲਾਂ ਬਾਤਾਂ ਹੀ ਕੋਈ ਨਹੀਂ ਰਹਿ ਗਈਆਂ ਤੇ ਆਪਣਾ ਵਾਹਵਾ ਇੱਕ ਦੂਜੇ ਦਾ ਨਿਜ਼ਾਮ ਯਾਦ ਰਾਮ ਪਿੰਡਾਂ ਵਿੱਚ ਜੇ ਹੈ ਏ ਤੇ ਸਾਨੂੰ ਜੀ ਬੜੀ ਖੁਸ਼ੀ ਹੋਈ ਹੈ ਮਿੱਠਾ ਜੀ ਅੱਜ ਤੁਸੀਂ ਤੇ ਦੀਲ ਸ਼ਾਹ ਸਾਹਿਬ ਤੇ ਅਬਦ ਸ਼ਰੀ ਇਹ ਜਨਾਬ ਸਾਡੇ ਮਹਿਮਾਨ ਬਣੇ ਨੇ ਅੱਜ ਦੀ ਸਾਡੀ ਇਸ ਮਹਿਫਲ ਦੇ। ਹਾਂਜੀ ਬਸ ਜੀ ਫਿਰ ਇੰਜ ਹੀ ਹੈ ਨਾ, ਬੜਾ ਤੁਹਾਡਾ ਸ਼ੁਕਰੀਆ ਅਸੀਂ ਅਦਾ ਕਰਨੇ ਆ ਜੀ। ਨਹੀਂ ਨਹੀਂ ਜੀ ਭਲੇ ਹੁਣ ਜੀ ਕਿਹੜੀ ਗੱਲ ਸ਼ੁਕਰੀਆ ਵਾਲੀ, ਇੱਕ ਦੂਜੇ ਨਾਲ ਹੀ ਆਉਣਾ ਪ੍ਰੀਤ ਪ੍ਰੇਮ ਨਾਲ ਹੀ ਸਾਰੇ ਦਿਨ ਕੱਢੇ ਬੰਦਾ ਤੇ ਇਹੀ ਸਵਾਦ ਹੈ। ਤੇ ਮਿੱਠਾ ਜੀ ਤੁਹਾਡੇ ਸਾਦੇ ਲੋਕਾਂ ਦੀ ਗੱਲ ਵੀ ਕਰਦੇ ਹੋ ਨਾ, ਸਾਦੇ ਲੋਕ ਇਹ ਵੀ ਪਿੰਡਾਂ ਦੇ ਵਿੱਚ ਮੌਜੂਦ ਨੇ ਜੀ ਜੀ ਤੇ ਅੱਗੋਂ ਸਾਦੇ ਲੋਕਾਂ ਨੂੰ ਵੀ ਫਿਰ ਜਿਹੜੇ ਨੇ ਥੋੜ੍ਹਾ ਜਿਹੜੇ ਕੋਈ ਪੜ੍ਹੇ ਲਿਖੇ ਲੋਕ ਨੇ ਉਹ ਫਿਰ ਕੋਈ ਵੱਖਰੇ ਰਾਏ ਪਾ ਛੱਡਦੇ ਨੇ। ਬਿਲਕੁਲ ਉਹ ਸਾਦਾ ਲੋਕ ਬੰਦੇ ਹੁੰਦੇ ਨੇ ਉਹ ਵਿਚਾਰੇ ਉੱਧਰ ਹੀ ਤੁਰ ਪੈਂਦੇ ਨੇ। ਸਾਡੇ ਨਾਲ ਪਤਾ ਜੀ ਜ਼ਿਲ੍ਹੇ ਗੁਜਰਾਤ ਦੇ ਵਿੱਚ ਇੱਕ ਕੜੀਆਂ ਵਾਲਾ ਸ਼ਹਿਰ ਛੋਟਾ ਜਿਹਾ ਕਸਬਾ ਹੈ ਜੀ, ਉੱਥੇ ਜਨਾਬ ਖਤਮ ਦਾ ਪ੍ਰੋਗਰਾਮ ਸੀ ਤੇ ਮੌਲਵੀ ਸਾਹਿਬ ਤਕਰੀਰ ਵੀ ਕਰਦੇ ਨੇ ਵੀ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਬੱਚੇ ਹੋਣ। ਵਾਹ ਵਾਹ ਅੱਗੇ ਵਿਚਾਰੇ ਪੱਠੇ ਤੱਥੇ ਵਾਲੇ ਸਾਦਾ ਲਓ ਬੰਦੇ ਬੈਠੇ ਨੇ ਜੀ, ਉਹਨਾਂ ਨੂੰ ਫਿਰ ਸਬਕ ਕਿਹੜਾ ਪੜ੍ਹਾਉਂਦੇ ਨੇ ਹਦਮ ਦੇ ਵਿੱਚ ਬਹਿ ਕੇ। ਆ ਬਸ ਵੇਖਣਾ ਸਾਡੇ ਜੈਲ ਇਹ ਬਾਬਾ ਜੀ ਜੈਲ ਵਾਲਾ ਕੰਮ ਪੁਰਾਣੀਆਂ ਪੰਜਾਬੀ ਆਲਮ ਬਣ ਕੇ ਖਲੋ ਕੇ ਤੇ ਉਹ ਮਤਲਬ ਕਿ ਜੈਲੀਅਤ ਫੈਲਾ ਰਹੇ ਕਿ ਕੋਸ਼ਿਸ਼ ਕਰੋ ਜ਼ਿਆਦਾ ਤੋਂ ਜ਼ਿਆਦਾ ਬੱਚੇ ਹੋਣ। ਕਿਉਂ ਜੀ ਜਿਤਨੇ ਜ਼ਿਆਦਾ ਤੁਹਾਡੇ ਬੱਚੇ ਹੋਣ ਦੇ ਉਨੇ ਹੀ ਸਰਕਾਰ ਦੇ ਜ਼ਿਆਦਾ ਉਮਸੀ ਹੋਣ ਦੇ। ਹੋਰ ਕੋਈ ਵਾਹ ਵਰਤਨ ਵਾਲੀ ਗੱਲ ਨਹੀਂ ਦੱਸਣੀ ਕਿਸੇ ਭੈਣ ਭਰਾ ਨਾਲ ਚੰਗਾ ਵਰਤੋ ਯਾਰ। ਕੋਵਿਡ ਦੀ 5 ਸਾਲ ਤੇ ਉਮਤੀ ਦੇ ਉਂਡ ਲੱਕ ਕੱਚੀ ਵੀ ਨਾ ਹੋਵੇ ਹੈ ਜੀ। ਤਮੂੜੀਆਂ ਲੜਦੀਆਂ ਜਾ ਉਮਤੀ ਜਿਹੜਾ ਤਮੂੜੀਆਂ ਲੜਦਾ ਲੜਾਂਦਾ ਫਿਰੇ ਵਿਚਾਰਾ ਹੈ ਜੀ, ਉਹਦੇ ਗਾਲ ਸ਼ਲਵਾਰ ਵੀ ਨਾ ਹੋਵੇ ਤੇ ਸਾਦਗੀ ਦਾ ਪੀਰੋ ਲੱਕ ਉਹ ਦੇ ਗਾਲ ਨਹੀਂ ਉਹ ਸਾਦਗੀ ਦਾ ਗੱਲ ਫਿਰ ਕਰੀ ਸੀ ਨਾ ਜ਼ਰਾ ਉਹ ਸਾਦਗੀ ਦਾ ਪ੍ਰੋਗਰਾਮ ਹੈ ਵੀ ਬਸ ਉਹ ਨਾ ਸਾਡੇ ਪਿੰਡ ਅਗਲੇ ਦਿਨ ਇੱਕ ਬੀਬੀ ਆ ਗਈ ਤੇ ਉਹਨੇ ਮੁੜੇ ਕਿ ਨੇ ਕੰਪਿਊਟਰ ਲਾਇਆ ਜਿਹਨੂੰ ਲੈਪਟਾਪ ਆਉਂਦੇ ਹੋ, ਉਹ ਆਉਂਦੀ ਹੈ ਵੀ ਬੱਚਾ ਇਹ ਕੀ ਉਹਨੇ ਆਖਿਆ ਮਾਈਏ ਇੱਕ ਪੁਰਜ਼ਾ ਬਣਾਇਆ ਗੋਰੇ ਨੇ ਇਹਦੇ ਵਿੱਚ ਪੂਰੀ ਦੁਨੀਆ ਦਿਸਦੀ ਹੈ ਤੇ ਸਾਦਗੀ ਦਾ ਆਲਮ ਮਾਈ ਆਖਿਆ ਵੇਖਾਂ ਪਰਸੋਂ ਸਾਡੇ ਪੱਠੇ ਚੋਰੀ ਹੋ ਗਏ ਨਾ ਵੀ ਤੇ ਨਹੀਂ ਇਹਦੇ ਚ ਵੀ ਦਿਸਦੇ ਤੇ ਬਾਬਾ ਜੀ ਬਾਦਸ਼ਾਹ ਪੁਰਾਣੇ ਬੰਦੇ ਕਿਲੇ ਗੁਜ਼ਾਰੀ ਵਾਲਾ ਰੁਝਾਨ ਘੱਟ ਇੱਕ ਦੂਜੇ ਦਾ ਦੀਦ ਸ਼ਰਮ ਇਹ ਪੁਰਾਣੇ ਬੰਦੇ ਚੰਗੇ ਨੇ ਅੱਜ ਦੇ ਜਿਹੜੇ ਨਵੇਂ ਐਡਵਾਂਸ ਲੋਕ ਨੇ। ਆਓ ਜੀ ਆਓ ਜੀ ਬਿਸਮਿਲਲਾ ਆਜੋ ਆਜੋ ਸੇਠ ਹੋਰੀ ਆ ਗਏ ਬਿਸਮਿਲਲਾ ਜੀ ਬਿਸਮਿਲਲਾ ਆਜੋ ਜੀ ਸਰਕਾਰ ਠਿਕਾ ਜਿਹਾ ਲਾਓ ਤੇ ਆ ਕਰੋਨਾ ਤੋਂ ਡਰੇ ਜੀ ਨੇ ਕਿ ਮਾਲਕ ਮਾਫੀ ਦੇ ਹਾਂ ਨਹੀਂ ਕੋਈ ਨਹੀਂ ਇੱਕ ਸਰਕਾਰ ਆਜੋ 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 ਬਾਦਸ਼ਾਹ ਮੌਲਾ ਸੇਧ ਦੇ ਜੇ ਜਾ ਜਾ ਇਧਰ ਆਓ ਬਾਦਸ਼ਾਹ ਚਲੋ ਇਧਰ ਆਜੋ ਆਜੋ ਇਧਰ ਆਜੋ ਤੇ ਇਹ ਜੀ ਸਾਡੇ ਇੱਕ ਹੋਰ ਪ੍ਰਾਹੁਣੇ ਆਏ ਨੇ ਬੜੇ ਲਾਡੜੇ ਅੱਲਾ ਨੂੰ ਸਿਹਤ ਤੰਦਰੁਸਤੀ ਦੇ ਮਾਲਕ ਸੋਹਣਾ ਪੀਰ ਅਬਦ ਸ਼ਹਿਰੀ ਜੀ ਮੌਜੋ ਕੀ ਸਹੀਦਾਂ ਤੋਂ ਇਹ ਵੀ ਸਾਡੀ ਪੰਜਾਬੀ ਬੈਠਕ ਦਾ ਹਿੱਸਾ ਬਣੇ ਨੇ।
ਅੱਲਾ ਪਾਕ ਸਿਹਤ ਸਲਾਮਤੀ ਰੱਖੇ ਨਾ। ਸੁਣਾਓ ਮੁਰਸ਼ਦ ਕੀ ਹਾਲ ਹੈ, ਸਿਹਤ ਵੀ ਠੀਕ ਹੈ ਜੀ? ਸ਼ੁਕਰ ਅੱਲਾ। ਬਰਾਰ ਸਹਿਣ ਜੀ ਤੇ ਵਾਇਰਸ ਤੋਂ ਬਚੇ ਹੋ ਜੀ? ਬਚੇ ਜੀ, ਘੱਟ ਫਿਰਿਆ ਕਰੋ ਨਾ, ਫਿਰ ਅੰਦਰ ਹੀ ਰਹੇ ਜੇ ਕੋਈ ਦੋ ਹਫ਼ਤੇ ਤੇ ਉਹ ਫਿਰ ਭੁੱਖ ਪੈ ਗਈ ਹੈ, ਅੱਜ ਨਿਕਲ ਆਇਓ ਫਿਰ। ਚਲੋ ਵਬਾ ਵੀ ਹੈ, ਬਿਮਾਰੀਆਂ ਵੀ ਵਨਸਵੰਨੀਆਂ ਪਈਆਂ ਹੁੰਦੀਆਂ ਨੇ। ਪਹਿਲਾਂ ਬੰਦੇ ਆਉਂਦੇ ਹੁੰਦੇ, ਹਾਂਜੀ ਹੱਥ ਤੇ ਕਲਮਾ ਪੜ੍ਹ ਲਈਏ ਤੇ ਮੁਸਲਮਾਨ ਦਾ ਯਕੀਨ, ਕੋਈ ਜਰਾਸੀਮ ਕੋਈ ਵਾਇਰਸ ਨੀ ਖਿਲਾਉਂਦਾ। ਵਾਹ ਬਾਈ ਵਾਹ। ਉਹਨੇ ਡਿਟੋਲ ਨਾਲ ਜਣੇ ਦਿਹਾੜੀ ਵਿੱਚ ਤਰ੍ਹਾਂ ਤਰ੍ਹਾਂ ਗਾਚੀਆਂ ਵਰਤ ਕੇ ਵੀ ਤੇ ਹੱਥ ਨਹੀਂ ਪਹਿਲਾਉਂਦੇ ਵੀ ਆਉਂਦੇ ਨੇ, ਗੱਲਬਾਤ ਹੀ ਕੋਈ ਨੀ, ਕਰੋਨਾ ਨੀ ਪੈ ਛੱਡਦਾ। ਤੇ ਕੀ ਤੁਸੀਂ ਆਉਂਦੇ ਵੀ ਕਰੋਨੇ ਵਾਲੀ ਗੱਲਬਾਤ ਦਾ ਕੋਈ ਜੋੜ ਤੋੜ ਨਿਕਲੇਦਾ? ਮਾਫ਼ੀ ਹੋ ਗਈ ਬਈ, ਜੀ ਉਹਨੂੰ ਭੁੱਖ ਪੈ ਗਈ ਇੱਥੇ ਤੂੰ ਵੱਡੀ, ਫਿਰ ਮਾਫ਼ੀ ਹੋਣ ਕਿਹੜੀ, ਹੋਰ ਕੋਈ ਦੋ ਹਫ਼ਤੇ ਲੱਗ ਗਏ ਤੇ ਜੀ ਕੋਈ ਮਰ ਜਾਣ ਦੇ ਲੰਮੇ ਪੈ ਰਹਿਣ ਦੇ ਮਸਕੀਨ। ਛੁੱਟੀਆਂ ਬੰਦੇ ਘਰਾਂ ਚ ਹੀ ਨੇ ਜੀ। ਬੰਦਾ ਇੱਕ ਵਾਰ ਗੱਲ ਸੁਣਾਈ ਵੀ ਮੈਨੂੰ, ਮੈਂ ਐਤਵਾਰ ਤੋਂ ਇਲਾਵਾ ਘਰ ਨੀ ਸਕਦਾ, ਹੁਣ 10-15 ਦਿਨ ਹੋ ਗਏ ਨੇ ਮੈਂ ਘਰ ਆ। ਤੇ ਕੱਲ ਮੈਂ ਆਪਾਂ ਕਮਰੇ ਚੋਂ ਨਿਕਲ ਕੇ ਜਾ ਤੇ ਬੀਵੀ ਮੇਰੀ ਮੇਰੇ ਵੱਲ ਵੇਖ ਕੇ ਆਂਦੀ ਹੈ, ਪਤਾ ਨਹੀਂ ਇਸ ਮੁਸੀਬਤ ਤੂੰ ਕਦੋਂ ਜਾਨ ਛੁੱਟੇ ਦੀ। ਮੈਂ ਕਿਹਾ ਮੈਨੂੰ ਸਮਝ ਨਹੀਂ ਆਈ ਵੀ ਉਹਨੇ ਕਰੋਨਾ ਨੂੰ ਆ ਗਿਆ। ਹਾਂ ਡਰੇ ਫਿਰਦੇ ਯਾਰ ਸ਼ਾਇਦ ਉਹ। ਨਾਲੇ ਮਾਸਟਰ ਜੀ ਗੱਲ ਬਾਤ ਕਰਨੇ ਦੀ ਵੀ ਇੱਕ ਵੰਡ ਵੇਤਰ ਹੁੰਦੀ ਹੈ ਤੇ ਪੁਰਾਣੇ ਬਾਦਸ਼ਾਹ ਦੇ ਦੌਰਾਂ ਨਾਲ ਚੰਗੇ ਹਨ ਉਹ, ਗੱਲਬਾਤ ਸੁਣਨੇ ਵਾਲੇ ਨੂੰ ਵੀ ਵਾਹਵਾ ਮਾਲ ਦੇ ਛੱਡਦੇ ਹਨ ਵੀ ਚਲੋ ਇਹ ਬੰਦਾ ਸਾਨੂੰ ਸਾਂਦਾ ਪਿਆ ਦੌਰਾਂ ਪਰ। ਉਹ ਪੁਰਾਣੇ ਦੌਰ 'ਚ ਇੱਕ ਮਰਾਸੀ ਸੀ ਨਾ ਤੇ ਉਹਨੇ ਜਾਣਾ ਬਾਦਸ਼ਾਹ ਕੋਲ, ਉਹਨਾਂ ਨੂੰ ਗੱਲ ਸੁਣਾਉਣੀ ਤੇ ਉਹਨਾਂ ਇੱਕ ਹਫ਼ਤਾ 10-10 ਦਿਨਾਂ ਦਾ ਉਹਨਾਂ ਨੂੰ ਰਾਸ਼ਨ ਦੇਣਾ, ਜਿਵੇਂ ਅੱਜ ਹਕੂਮਤ ਪੈਂਦੀ ਜੀ ਅਸੀਂ ਆਹ ਰਾਸ਼ਨ ਦੇ ਰਹੇ ਹਾਂ ਸਾਰਾ ਮਹੀਨੇ ਦਾ 4,000 ਰੁਪਈਆ ਤੇ ਜਿੰਨੀ ਮਹਿੰਗਾਈ ਹੈ 4,000, ਚਲੋ ਕੁਝ ਨਹੀਂ ਬਣਾਉਂਦਾ ਬੰਦਿਆਂ ਦਾ ਨਿਜ਼ਾਮ, ਇੱਕ ਪੱਚੂ ਲਾਣੇ ਵਾਲੀ ਗੱਲ ਹੀ ਆਸ ਰਹੀ ਹੈ। ਉਹ ਬੰਦਾ ਸੀ ਇੱਕ ਬਾਬਾ ਜੀ, ਉਹ ਜਾ ਕੇ ਨਾ ਗੱਲ ਸੁਣਾਇਆ ਕਰੇ ਜਾ ਕੇ ਬਾਦਸ਼ਾਹ ਨੂੰ ਤੇ ਕੋਈ ਵਾਹਵਾ ਨੂੰ ਹਫ਼ਤਾ 10-10 ਦਿਨਾਂ ਦਾ ਰਾਸ਼ਨ ਦੇ ਕਰੇ। ਉਹਦੇ ਗਵਾਂਢ ਇੱਕ ਹੋਰ ਜਣਾ ਵੀ ਰਹਿੰਦਾ ਸੀ, ਉਹਦੀ ਜਨਾਨੀ ਆ ਕਹਿੰਦੀ ਹੈ ਵੀਰਾ ਮੇਰੇ ਵੀ ਜਣੇ ਨੂੰ ਲੈ ਜਾ ਵੀ ਕੋਈ ਗੱਲਬਾਤ ਸੁਣਾਇਆ ਕਰੇ ਤਾਂ ਚਲੋ ਕੋਈ ਸਾਡਾ ਵੀ ਰੁਜ਼ਗਾਰ ਚੱਲੇ। ਉਹਨੇ ਹਾਂ ਠੀਕ ਹੈ ਮੈਂ ਸਵੇਰੇ ਗੱਲ ਕਰਾਂ ਤਾਂ ਬਾਦਸ਼ਾਹ ਨਾਲ ਤੇ ਇਹਨੂੰ ਲੈ ਚੱਲਾਂ। ਤੇ ਇਹ ਹੁਣ ਗੱਲ ਤੁਹਾਨੂੰ ਸੁਣਾ ਲਿਆ ਵੀ ਗੱਲ ਕਰਨ ਦਾ ਤਰੀਕਾ ਹੁੰਦਾ ਤੇ ਸਾਰਿਆਂ ਦੇ ਕੋਲੇ ਫਨ ਕੋਈ ਨਹੀਂ। ਉਹ ਗਿਆ ਉਹਨੇ ਜਾ ਕੇ ਆਖਿਆ ਵੀ ਬਾਦਸ਼ਾਹ ਸਲਾਮਤ ਦਾ ਬੰਦਾ ਨਵਾਂ ਲੈ ਕੇ ਆਇਆ, ਇਹ ਤੁਹਾਨੂੰ ਗੱਲ ਸੁਣਾਇਆ। ਉਹਨੇ ਹਜੇ ਸੁਣਾਓ ਉਹ ਕਰਮ ਵਾਲੇ ਨੇ ਗੱਲ ਇੰਜ ਦੀ ਕੀਤੀ ਜਿਹਦਾ ਮੂੰਹ ਨਾ ਸਿਰ ਨਾ ਕੋਈ ਗੱਲ ਨਾ ਬਾਤ। ਉਹਨੇ ਆਖਿਆ ਜੀ ਰਾਤੀ ਮੈਂ ਬਾਦਸ਼ਾਹ ਸਲਾਮਤ ਛੱਤ 'ਤੇ ਲੇਟਿਆ ਹਾਂ ਸ਼ਾਮਾਂ ਤੋਂ ਝੱਟ ਪਹਿਲਾਂ ਤੇ ਸਮਾਨ ਤੇ ਕਤੂਰੇ ਚੀਕਦੇ ਹਨ। ਉਹਨੇ ਆਖਿਆ ਤੇਰਾ ਅਕਲ ਮਾਰਿਆ ਸਮਾਨ ਤੇ ਕਤੂਰਿਆਂ ਦਾ ਕੀ ਕੰਮ, ਜੇ ਗੱਲ ਝੂਠੀ ਹੋਈ ਮੈਂ ਤੇਰੀ ਧੌਣ ਲਾ ਛੱਡਣੀ। ਅੱਗੋ ਜਣੇ ਨੂੰ ਗੱਲਬਾਤ ਕੋਈ ਨਾ ਆਵੇ, ਜਿਵੇਂ ਕਦੀ ਕਦੀ ਸਾਡੇ ਪ੍ਰਾਹੁਣੇ ਵੀ ਅੜ ਜਾਂਦੇ ਨੇ ਗੱਲ 'ਤੇ। ਉਹ ਗੁਮਰਾਸੀ ਸਿਆਣਾ ਪਿਆ, ਉਹਨੇ ਆਖਿਆ ਜੀ ਰਾਤੀ ਮੈਂ ਵੀ ਇਹ ਵਾਕਿਆ ਸੁਣਿਆ, ਮੇਰਾ ਤੇ ਇਹਦਾ ਘਰ ਗਵਾਂਢ ਹੈ ਤੇ ਰਾਤੀ ਪੇ ਚੂਚੇ ਚੁਗਦੇ ਹਨ ਦਾਣੇ, ਤਿਲ ਪਈ ਹੈ ਤੇਲ ਕਿਤੇ ਚੂਚਾ ਚੁੱਕਣੇ ਦੀ ਬਜਾਏ ਕਤੂਰਾ ਚੁੱਕ ਲਿਆ ਤੇ ਉੱਤੇ ਚੀਕਦਾ ਰਿਹਾ ਤੇ ਆਵਾਜ਼ ਆਈ ਹੈ। ਇਹ ਗੱਲ ਪੱਕੀ ਹੈ, ਸਿਆਣੀ ਕੌਮ ਹੈ। ਉਹਨੇ ਆਖਿਆ ਜੀ ਗੱਲ ਪੱਕੀ ਹੈ, ਉਹਨੇ ਕੋਈ ਬੋਰੀ ਦਾਣੇ ਦਿੱਤੇ ਮੁਰਸ਼ਦ। ਉਹ ਟੁਰ ਕੇ ਉਹਨੇ ਜਾ ਕੇ ਆਖਿਆ ਭੈਣੂ ਅੱਜ ਦਾ ਜਿਹੜਾ ਰਾਸ਼ਨ ਆ ਗਿਆ ਇਹ ਬੜਾ, ਤੇ ਅੱਜ ਤੋਂ ਬਾਅਦ ਇਹਨੂੰ ਮੈਂ ਨਹੀਂ ਖੜਨਾ, ਇਹਨੂੰ ਗੱਲ ਸੁਣਾਉਣ ਦੀ ਕੋਈ ਨੀ, ਜਾ ਚ ਅੱਜ ਵੀ ਇਹਨੂੰ ਮੈਂ ਬਚਾਇਆ। ਉਹ 2-3 ਦਿਨ ਲੰਘੇ, ਫਿਰ ਉਹਨੇ ਆਖਿਆ ਅੱਜ ਇੱਕ ਵਾਰੀ ਫਿਰ ਲੈ ਜਾ ਸੋ ਨਹੀਂ ਤੇ ਅੱਗੋਂ ਇਹਨੂੰ ਰਹਿਣ ਦੇ। ਉਹਨੇ ਆਖਿਆ ਧੋਣ ਲਾ ਛੱਡਦਾ ਜੇ ਗੱਲ ਦਾ ਕੋਈ ਮੂੰਹ ਸਿਰ ਨਾ ਹੋਵੇ। ਉਹ ਫਿਰ ਨਾਲ ਲੈ ਕੇ ਉਹਦੇ ਅੱਖ ਲਾ ਕੇ ਤੇ ਜਾ ਕੇ ਉਹਨੇ ਆਖਿਆ ਗੱਲ ਸੁਣਾਓ ਜੀ। ਉਹ ਸੁਣਾ ਲਿਆ, ਉਹਨੇ ਆਖਿਆ ਬਾਦਸ਼ਾਹ ਸਲਾਮਤ ਮੈਂ ਕੱਲ ਸ਼ਿਕਾਰ ਗਿਆ ਹਾਂ, ਅਰਨੀ ਨਿਕਲੀ ਤੇ ਮੈਂ ਅਰਨੀ ਨੂੰ ਤੀਰ ਮਾਰਿਆ ਤੇ ਉਹਦੇ ਪੈਰ ਤੇ ਲੱਗ ਕੇ ਤੇ ਉਹਦੇ ਸਿੰਘ ਤੇ ਲੱਗਾ। ਉਹਨੇ ਆਖਿਆ ਇਹਦਾ ਅਕਲ ਮਾਰਿਆ ਪੈਰ ਕਿਤੇ ਸਿੰਘ ਕਿੱਥੇ, ਉਹ ਕਿਵੇਂ ਲੱਗ ਗਿਆ? ਉਹਨੂੰ ਅੱਗੋਂ ਗੱਲ ਦਾ ਮੂੰਹ ਸਿਰ ਕੋਈ ਨਾ ਲੱਭੇ, ਮਰਾਸੀ ਕੋਲੋਂ ਪਿਆ। ਉਹਨੇ ਆਖਿਆ ਜੀ ਮੈਂ ਵੀ ਨਾਲ ਸਿੰਘ ਕੰਮ ਹੋਇਆ। ਉਹਨੇ ਆਖਿਆ ਉਹ ਕਿਵੇਂ? ਉਹਨੇ ਆਖਿਆ ਜਿਸ ਟਾਈਮ ਮੈਨੇ ਤੀਰ ਮਾਰਿਆ ਅਰਨੀ ਸਿੰਘ ਵੀ ਖੁਰਕਦੀ ਸੀ, ਉਹਦੇ ਪਹਿਲਾਂ ਲੱਗਾ ਪੈਰ ਦੇ ਫਿਰ ਸਿੰਘ ਤੇ। ਇਹ ਗੱਲ ਸੱਚੀ ਹੈ। ਉਹਨੇ ਫਿਰ ਜਨਾਬ ਉਹਨੂੰ ਕਦਾਣਾ ਪੱਕਾ ਦਿੱਤਾ ਤੇ ਉਹਨੇ ਕਿਹਾ ਵੀ ਕਰਮ ਵਾਲੀ ਅੱਜ ਤੋਂ ਬਾਅਦ ਇਹਨੂੰ ਰੱਖੀ ਘਰ ਜਾਂਦਾ ਭੁੱਲ। ਪਹਿਲਾਂ ਇੰਜ ਦੇ ਸਾਦੇ ਨਿਜ਼ਾਮ ਸਨ, ਅੱਜ ਜਨਾਬ ਆ ਗਿਆ ਮੋਬਾਈਲ, ਮੋਬਾਈਲ ਤੇ ਆਪਣਾ ਰਿਕਾਰਡ ਘੱਲੋ ਤੇ ਤਾਂ ਕਿ ਮਹੀਨੇ ਬਾਅਦ ਤੁਹਾਡੇ ਅਕਾਊਂਟ 'ਚ 4,000 ਰੁਪਈਆ। ਜਿਹੜੀ ਇਹ ਜਨਾਬ ਬੜੇ ਸਿਆਣੇ ਬੰਦੇ ਹੁੰਦੇ ਨੇ ਤੇ ਬੜੇ ਛਾਤਰ ਲੋਕ ਨੇ ਜੀ ਜੀ। ਉਹ ਮਰਾਸੀ ਟੁਰ ਗਿਆ ਨਾ ਸੈਲਮੇ ਕਿਸੇ ਤੇ, ਉੱਥੇ ਅੱਗੇ ਰੌਣਕ ਲੱਗੀ ਸੀ ਬੰਦੇ ਫਿਲਮ ਪੇ ਵੇਖਣ ਮਿੱਠਾ ਜੀ। ਉੱਥੇ ਇੱਕ ਨਾ ਜਣਾ ਬੈਠੇ ਆ ਵਿਸ਼ਕਾਰ ਜੀ ਕਿਰੇ, ਅੱਛਾ ਨਾਲ ਉਹਦੀ ਘਰੇ ਵਾਲੀ ਬੈਠੀ, ਉਹ ਸਿਰ ਉਦੋਂ ਇੰਜ ਵਿਹਲਾ ਹੀ ਸੀ, ਉਹ ਵਿੱਚ ਇਸ ਤਰ੍ਹਾਂ ਦਾ ਬੰਦਾ ਸਿਰ ਵਿਹਲਾ ਹੈ ਸਾਡੇ ਯਾਰ। ਅੱਛਾ ਅੱਛਾ, ਐਂ ਤਾਂ ਬੰਦਾ ਫਿਰ ਵੱਖਰੇ ਹੀ ਨਜ਼ਰ ਆਉਂਦਾ ਹੈ। 40-50 ਬੰਦਿਆਂ ਦੇ ਬੈਠੇ ਆ, ਉਹ ਮਿੱਠਾ ਜੀ ਉਹ ਸਵਾਲ ਆਉਣਾ ਵੀ ਤੁਸੀਂ ਪੜ ਲਾਈ ਹੈ ਨਾ? ਆਹੋ ਆ ਹੁਣ ਅੱਲਾ ਕੀਤਾ ਤੇ ਗੱਲ ਤੇ ਮੈਂ
ਉਹ ਮੁੰਡੇ ਸਨ ਦੋ ਜਨਾਬ ਕਾਲਜ ਦੇ ਜਿਸ ਤਰ੍ਹਾਂ ਦੇ ਅੱਜ ਕੱਲ੍ਹ ਹੈ ਮੁੰਡੇ ਨੇ ਉਹਨਾਂ ਮਰਾਸੀ ਨੂੰ ਆਖਿਆ ਵੀ ਗੱਲ ਸੁਣ ਵੀ ਉਹ ਜਿਹੜਾ ਜਣਾ ਨਾ ਉਹ ਸਾਹਮਣੇ ਗੰਦਾ ਜਿਹਾ ਬੈਠਿਆ ਵਿਚਕਾਰ ਜੀ ਜੀ ਉਹ ਨਜ਼ਰ ਆਉਂਦਾ ਪਿਆ ਵਿੱਚ ਮਿੱਠਾ ਜੀ ਮਰਾਸੀ ਨੂੰ ਆਖਿਆ ਉਹਨਾਂ ਮੁੰਡਿਆਂ ਕਾਲਜ ਵਾਲਿਆਂ ਵੀ ਤੈਨੂੰ ਦਿਆਂ ਦੇ 500 ਰੁਪਇਆ ਵਾਹ ਵਾਹ ਤੂੰ ਜਾ ਕੇ ਨਾ ਤੇ ਉਹਦੇ ਸਿਰੇ ਦੇ ਵਿੱਚ ਨਾ ਇੱਕ ਜੁੱਤੀ ਖੜਕਾ ਕੇ ਆਉਣੀ ਠੀਕ ਹੈ ਤੇ 500 ਰੁਪਇਆ ਮਰਾਸੀ ਨੇ ਹਿਸਾਬ ਲਾਇਆ ਵੀ ਰੁਪਇਆ 500 ਪਹਿਲਾਂ ਵਧਾਇਆ ਤੇ ਮੈਂ ਜਾ ਖੜਕਾ ਉਹ ਭਾਵੇਂ ਉਹ 10-12 ਖੜਕਾ ਛੱਡੇ ਤੇ ਕਰੀਏ ਕੀ ਕੁਸਾਬ ਇਹਦਾ ਲੱਗੇ ਉਹ ਸੱਪ ਵੀ ਮਰ ਜੇ ਤੇ ਉਹ ਲੱਠ ਵੀ ਬਚ ਜੇ ਰੁਪਇਆ ਵੀ 500 ਲੱਭ ਜੇ ਵਾਹ ਵਾਹ ਉਹ ਗਿਆ ਉਹਨੇ ਜ਼ੇਨ ਬਣਾ ਕੇ ਉਹਨੇ ਜਾ ਕੇ ਨਾ ਤੇ ਮਾਰੀ ਜੁੱਤੀ ਉਹਦੇ ਸਿਰ ਵਿੱਚ ਉਹਦਾ ਪਤਾ ਨੀ ਕੀ ਨਾਂ ਆਇਆ ਸੀ ਤੇ ਕੀ ਨਹੀਂ ਅੱਛਾ ਉਹਨੇ ਆਖਿਆ ਉਹ ਜ਼ਫਰਿਆ ਤੂੰ ਇੱਥੇ ਬੈਠਾ ਤੈਨੂੰ ਮੈਂ ਢੂੰਡਦਾ ਸਾਂ ਪਿਆ ਉੱਥੇ ਬਾਹਰ ਉਹਨੇ ਆਖਿਆ ਉਹ ਲਾਲਾ ਮੈਂ ਨੀ ਉਹ ਜ਼ਫਰਾ ਯਾਰ ਵੇਖੋ ਮੈਂ ਕਿੱਥੇ ਜ਼ਫਰ ਹਾਂ ਉਹ ਤੁਰ ਗਿਆ ਉਹਨਾਂ ਬੁੜਿਆਂ ਕੋਲ ਜਾ ਖਲੋਤਾ ਫਿਰ ਸਟੂਡੈਂਟਾਂ ਕੋਲ ਉਹਨਾਂ ਨੇ ਆਖਿਆ ਵੀ ਯਾਰ ਗੱਲ ਸੁਣ ਮਰਾਸੀ ਆ ਰੁਪਇਆ 500 ਤੇ ਤੈਨੂੰ ਦੇਖਦਾ ਕਿਆ ਬਾਤ ਹੈ ਤੇਰੀ ਹੁਣ ਇੱਕ ਜੁੱਤੀ ਹੋਰ ਜਾ ਕੇ ਖੜਕਾਏ ਨਾ ਉਸੇ ਜਣੇ ਨੂੰ ਵਾਹ ਤੇ ਤੈਨੂੰ ਜਾਂ ਦੇ 1000 ਰੁਪਇਆ ਵਾਹ ਵਾਹ ਉਹ ਨਾ ਸੁਨੈਣ ਸਾਹਿਬ ਉਹ ਲੱਗ ਪਿਆ ਹਿਸਾਬ ਲਾਣ ਵੀ ਯਾਰ ਹੁਣ ਕੰਮ ਲਾ ਵੀ ਰੁਪਇਆ ਵੀ 1000 ਹੈ ਮੁੰਡਿਆਂ ਨੇ ਲਾਇਆ ਹਿਸਾਬ ਵੀ ਅੱਗੇ ਤੇ 500 ਨੇ ਲੈ ਲਿਆ ਹੁਣ 1000 ਲਏ ਤਾਂ ਫੇਰ ਗੱਲ ਹੈ ਉਹ ਗਿਆ ਉਹਨੇ ਫੇਰ ਜ਼ੇਨ ਚ ਕੋਈ ਫਿਲਮ ਬਣਾਈ ਸਿਆਣੇ ਲੋਕ ਦਿਨ ਪਹਿਲਾਂ ਗੱਲ ਹੋ ਚੁੱਕੀ ਉਹਨੇ ਨਾ ਉਹ ਤਰਪੜੀ ਜੀ ਫੜੀ ਗਿਆ ਜਾ ਕੇ ਉਹਨੇ ਸਿਰੇ 2 ਖੜਕਾ ਰਹਿਣਾ ਤੇ ਉਹਨੇ ਆਖਿਆ ਤੂੰ ਐ ਜ਼ਫਰਾ ਤੇ ਮੰਨਦਾ ਕਿਉਂ ਨੀ ਉਹਨੇ ਨਾ ਜਨਾਬ ਆਖਿਆ ਉਹ ਭਾਈ ਉਹ ਮੈਂ ਨੀ ਉਹ ਜ਼ਫਰਾ ਤੈਨੂੰ ਪਹਿਲਾਂ ਵੀ ਆਖਿਆ ਵੇਖ ਮੇਰਾ ਕਾਰਡ ਹੈ ਵੇਖ ਮੈਂ ਕਿੱਥੇ ਜ਼ਫਰ ਉਹ ਨਾਲ ਘਰੇ ਵਾਲੀ ਉਹਨੇ ਆਖਿਆ ਇਹ ਜ਼ਫਰ ਸਾਹਿਬ ਨਹੀਂ ਹੈ ਆਪ ਚਲੇ ਜਾਏ ਦਫਾ ਹੋ ਜਾਏ ਉਹ ਫਿਰ ਟੁਰ ਗਿਆ ਪਿੱਛੇ ਮਰਾਸੀ ਉਹਨਾਂ ਮੁੰਡਿਆਂ ਕੋਲ ਉਹ ਹੱਸਣ ਵੀ ਉਹਨਾਂ ਜਾ ਕੇ ਰੁਪਇਆ ਆਧਾਰ ਕਾਰਡ ਕੀਤਾ ਲਓ ਜੀ ਵਾਹ ਵਾਹ ਮਰਾਸੀ ਨੇ ਜਨਾਬ ਆਧਾਰ ਫੜ ਕੇ ਬੋਝ ਚ ਪਾਇਆ ਤੇ ਖਿਸ ਗਿਆ ਪਿੱਛੇ ਉਹਨਾਂ ਆਖਿਆ ਨਾ ਬਾਈ ਆਖਰੀ ਵਾਰ ਆਉਂਦੇ ਨੇ ਨਾ ਮੁਸਲਮਾਨਾਂ ਦੀ 3 ਵਾਰ ਤੀਜੀ ਜੁੱਤੀ ਉਹਨੇ ਜਨਾਬ ਉਹਨੇ ਆਖਿਆ ਹੁਣ ਜਾ ਕੇ ਮਾਰੇ ਨਾ ਤੈਨੂੰ ਜਾਂ ਦੇਵੇ 1500 ਰੁਪਇਆ ਵਾਹ ਵਾਹ ਉਹ ਜਣਾ ਪੋਲਾ ਪੋਲਾ ਜਿਹੜਾ ਨਿਕਲਿਆ ਨਾ ਤੇ ਲਾਲੇ ਨੇ ਜਿਨ੍ਹਾਂ ਕੇ 2 ਖਾਧੀਆਂ ਸਨ ਪਹਿਲਾਂ ਉਹਨਾਂ ਧਿਆਨ ਕੀਤਾ ਤਾਂ ਉਹਨਾਂ ਆਪਣੀ ਕੁਰਸੀ ਚੁੱਕ ਕੇ ਦੂਜੇ ਪਾਸੇ ਲੈ ਗਏ ਸਾਈਡ ਵਾਹ ਵਾਹ ਉਹ ਜਣਾ ਮਰਾਸੀ ਜੁੱਤੀ ਫੜੀ ਤੇ ਸਿੱਧਾ ਉੱਥੇ ਗਿਆ ਉਹਨੇ ਜਾ ਕੇ ਜ਼ਫਰ ਦੇ ਸਿਰ 'ਚ ਖੜਕਾ ਕੇ ਉਹਨੇ ਕਿਹਾ ਜ਼ਫਰਿਆ ਤੂੰ ਇੱਥੇ ਬੈਠਾ ਚਵਲ ਦੇ ਪੁੱਤਰਾ ਤੇਰੇ ਭੁਲੇਖੇ 'ਚ ਉੱਥੇ ਗਏ 2 ਬੰਦੇ ਫੜ ਛੜੇ ਨੇ ਵਾਹ 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 ਜਨਾਬ ਖਾਨ ਸਾਹਿਬ ਗਏ ਕਿਸੇ ਦੇ ਘਰ ਪ੍ਰਾਹੁਣੇ ਗਏ ਘੋੜੀ ਤੇ ਬਹਿ ਕੇ ਗਏ ਅੱਛਾ ਤੇ ਉਹ ਜਿਹੜੇ ਉੱਥੇ ਘਰ ਪਹੁੰਚੇ ਤੇ ਜੀ ਉੱਥੇ ਇਕੱਠੇ ਹੋ ਕੇ ਬਹਿ ਗਏ ਜੀ ਖਾਨ ਸਾਹਿਬ ਕੀ ਪਕਾਈਏ ਤੁਹਾਡੇ ਵਾਸਤੇ ਜੀ ਕੋਈ ਆ ਗਿਆ ਜੀ ਦਾਲ ਪਕਾਓ ਕੋਈ ਆਖਿਆ ਨਹੀਂ ਨਹੀਂ ਕੱਦੂ ਸ਼ਰੀਫ ਬੜਾ ਪਸੰਦ ਹੈ ਹਾਂ ਹਰਾਨਾ ਇੱਕ ਨਾ ਚੂਚਾ ਵਿਹੜੇ ਬਾਪਾ ਮੈਂ ਤੇ ਉਹਦਾ ਨਾ ਕੋਈ ਨਾਂ ਲੈ ਉਹ ਕੋਈ ਸਬਜ਼ੀ ਆਖੇ ਕੋਈ ਦਾਲ ਆਕੇ ਤੇ ਹਾਂ ਸਾਹਿਬ ਬੋਲੇ ਤੇ ਉਹਨਾਂ ਆਖਿਆ ਵੀ ਯਾਰ ਆ ਗੱਲ ਸੁਣੋ ਤੁਸੀਂ ਇੰਜ ਕਰੋ ਤੁਸੀਂ ਮੇਰੀ ਘੋੜੀ ਕੋਲ ਹੋ ਤੇ ਮੈਂ ਸਵੇਰੇ ਤੁਹਾਡੇ ਕੁੱਕੜ ਦੇ ਬੈਗ ਘੋੜੀ ਕੋਲ ਅਸਲ ਗੱਲ ਹੁਣ ਇਸ ਵੇਲੇ ਤੇ ਉਹ ਮਰਾਸੀ ਨੀ ਦੇ ਉਹ ਦੌਰ ਹੀ ਨੀ ਰਿਹਾ ਵਾਹ ਵਾਹ ਹੁਣ ਇਸ ਵੇਲੇ ਜਿਹੜੇ ਮੀਰ ਆਲਮ ਨੇ ਉਹ ਤੇ ਯੂਰਪਾ ਮੁਲਕਾਂ ਚ ਬੈਠੇ ਨੇ ਪੜ੍ਹੇ ਲਿਖੇ ਲੋਕ ਨੇ ਇਟਲੀ ਫਰਾਂਸ ਪੈਰਿਸ ਮੁਰਸ਼ਦ ਇੱਥੇ ਨੌਕਰੀ ਪੇਸ਼ੇ ਬੜੇ ਲੋਕ ਕਰਦੇ ਨੇ ਉਹ ਗੱਲ ਹੀ ਕੋਈ ਨੀ ਰਹੀ ਤੁਸੀਂ ਅੱਜ ਚਲੋ ਪੰਜਾਬੀ ਬੈਠਕ ਚ ਬਹਿ ਕੇ ਤੇ ਚਲੋ ਫੇ ਕਰਦੇ ਹੋ ਪੜ੍ਹੀ ਲਿਖੀ ਹੋ ਗਈ ਹੈ ਉਹ ਵੀ ਬਹੁਤ ਸਿਆਣੇ ਕੌਮ ਸਿਆਣੇ ਨੇ ਇਹ ਮੁਰਸ਼ਦ ਉਹਨਾਂ ਦੇ ਸਿਆਣਪ ਸਭ ਹੁਣ ਫਿਰ ਉਹ ਪੜ੍ਹੇ ਲਿਖੇ ਸੁਣੋ ਮੇਰੀ ਆ ਮਿੱਠੂ ਨੂੰ 3 ਜੁੱਤੀਆਂ ਸਿਰ ਚ ਮਾਰਨੀਆਂ ਸੌਖੀਆਂ ਗੱਲ ਹੀ ਕੋਈ ਨੀ ਜਨਾਬ ਮੁੰਡੇ ਨੂੰ ਆਖਿਆ ਜਾ ਅੱਧਾ ਕਿਲੋ ਗੋਸ਼ਤ ਲੈ ਗਿਆ ਖਾਨ ਸਾਹਿਬ ਆਏ ਨੇ ਉਹ ਗੋਸ਼ਤ ਲੈ ਕੇ ਆ ਗਿਆ ਅੱਧਾ ਕਿਲੋ ਗੋਸ਼ਤ ਮਾਸਟਰ ਜੀ ਖਾਨ ਦਾ ਹਿਸਾਬ ਲਿਆ ਜੀ ਕੋ 8-9 ਇਹ ਵੀ ਨੇ ਕੋ ਮੈਂ ਵੀ ਹਾਂ ਉਹ 10 ਬੰਦੇ ਬਣਦੇ ਨੇ ਬੇ ਇਹ ਅੱਧਾ ਕਿਲੋ ਗੋਸ਼ਤ ਲਿਆ ਕੇ ਲਾ ਪਏ ਸਲਾਹ ਕਰਨ
दाल पा लो कोई आखे आलू पा लो ओना दी सलाह ना बने उन्हें चलो प्रौहने नूं पुछ लैने की पाइए उन्हें आखिया हां जी दसो ए पाइए उन्हें आखिया तुहाडी मेहरबानी ए किलो गोश्त होर पा लो पूरा ध्यान देना जी बार शहर टुर गए बुजुर्गां दी गल सुनाओ जी बुजुर्ग गए सादियां गल बुजुर्ग टुर गए ना ओ घर अपने ओ को पीर सन ना अमरीदा दा टुर ओ टुर गए करे मरीदा अपने दे उहना को चने पकाए शामी तो जिने ओ चने पकाए उहने घोड़ी भी रखी ओ अगे टांगा खलोते है वाह वाह ते चने खुराक तुहानु पता घोड़ियां दी है हां जी ते चने बड़ी चंगी चीज है बंदियां वास्ते भी बेहतरीन चीज है चना जेड़ा जवान दी ते घोड़े दी खुराक है बिलकुल चीज है ना तो जी मखसूस खुराक ते फिर घोड़े दी है ना जी बिलकुल ओ चारे विच पाया जांदा है जी जी ओना जनाब चने पकाए बाबे रा जनाब पीरा ने ना जनाब और चने हने खादे रोटी खादी सवेरे जो नाश्ते दा टाइम है फिर चने आ गए ओना पीरा ने आख्या भी उस जने नु बुला के ना उन्हें आख्या शिखिया गल सुन ओए जी मुर्शिद हुक्म उन्हें आख्या पुत्रा टांगे दे अगे तू ना घोड़ी नहीं जोना उन्हें आख्या सरकार ते फिर मैं दिहाड़ी किंज लानी उन्हें आख्या पुत्रा असा भी चने खादे ने अज सानू ही जोर गल भी सुना लगे सारे नहीं गल सुनो ठीक है भाई आखिया होना पीरा ने जोर लो असल गल है चलो कोई नी ऐसी गल रह गई भाई हुण बंदे चने दे पकांदे ही नहीं चने शने नहीं पकांदे हुण लोग तो चलो जिहड़ी साधी गल ही बनी गल ही और करोना पका लैण जी जिहड़ा अज कल रौला बणे कहिंदे धरा करोने नूं हांडी च तैनूं कि रिन रुन के परां मुकाओ जा रहे थे बंदे ने बड़ी सोहणी ना इक पिक्चर जी बनाई सी कार्टून बंदे करोना नूं किन्ने डरे सड़क फुटपाथ उत्थे लगे है कुर्सी लगी है सामने एक बिल्डिंग भी नजर आंदी है ते बिल्डिंग दा एक कमरा रोशन है विच एक बंदा बैठे है ते बाहरों भविंदा सड़क वालों सड़क उत्ते कुर्सी लगी है कुर्सी ते कौन बैठे है करोना वाह वाह करोने दी उहना ओ शकल शकल बनाई उत्ते लाई ओ बैठे है नाल ओहदे थरमास पे है चौधरी अलू आवाज मार के करोना पैंदा ओए चौधरी थले आ तेनू चाह पिया चौधरी हुण चाह लंघदी प्रोग्राम तुसी वेख रहे हो जी बड़ा मजेदार चाहे साहब आ करोने दी गल्लां सुना सुना के तुसा मेनू डरा छड़े मेरी सलाह मैं अपना अपना वाल बोल ला ते कोई थोड़ा जिहा पंजाबी कलाम सुनाओ ते फिर अज दे प्रोग्राम दी इजाजत लईए जरा लो चाहे साहब पंजाबी बैठक है ते फिर पंजाबी दे शायरां दा वी विच जिक्र ना करी ते फिर उहनां नाल ज्यादती है मियां मोहम्मद बख्श शायरां दी वी क्या बात है उधर साईं सरदार होया कक्के वाला शायर ने जनाब वेखो जी साई सरदार कक्के आले ने सरकार अली बादशाह दी शान बयान कीती है सुभान अल्लाह गल दूर दी है सरूर जिथे असद वालिया का उथे गेड़ ही नहीं जिन्हें असद करना बादशाह गल बात गल दूर दी है सरूर जिथे ते असद वालिया का उथे गेड़ ही नहीं खेती गैर दी विच जो मुंह पाए छेड़ू रहन देंदा विच छेड़दा नहीं ते भांडे उस च करम दा हैर पैंदा जिदे विच ते हुदी दी त्रेड़ी नहीं मुनकर अली दा वेओ सरदार साईयां मुसलमानी दा कोई गवेड़ी क्या बात एक शेर होर मेरा पुत्र आके जी जी वधिया शेर आख्या सरकार अली दी शान बयान कीती है ते सरकार बाबा कसूरवां दा अपने कसोके वाले आंदे ने बई आहद अहमद दे विच फर्क जेड़ा आहद अहमद दे विच फर्क जेड़ा
आशिक आखदे ने रमज पाई जिन्ना ते कहीं खुंज के पढ़ पढ़ उम्र सारी गल बशर ते लिया ठहराई जिन्ना ओ तेरी मुसलमानी सिर हाग पावा रुतबा नबी दा आखना पाई जिन्ना ਉਹ ਜੇ ਕਰੇ ਵੀ ਮਾਨ ਤੇਰਾ ਕਸੂਰ ਮੰਦਾ ਤੇਰੇ ਵਿੱਚ ਮਾਨ ਨੀ ਰਾਈ ਜਿੰਦਾ ਤੇ ਮੀਆਂ ਸਾਹਿਬ ਅਰਫੇ ਖੜੀ ਜਾਂਦੇ ਨੇ ਬਈ ਸੀਹ ਉੱਤੇ ਮੱਖਣ ਪਕਾਉਣਾ ਤੇ ਡਾਢਾ ਔਖਾ ਕੰਮ ਹੈ ਸੀਹ ਉੱਤੇ ਮੱਖਣ ਪਕਾਉਣਾ ਤੇ ਡਾਢਾ ਔਖਾ ਕੰਮ ਹੈ बचड़े दे के दीन बचाना तो सही भी दुनिया कमली चेते रखिया इब्राहिम दा लेला वे मुहम्मद भुल गई है ते हुसैन दा डीगर वेला उस कुरबानी नूं इन्हां दा याद ही कोई नहीं ते अज करिए ते जने पे सवनियां गल्लां सुणांदे ते इन्हां शायरां ने हर तरह दे हर मौके दी मुनासबत नाल लोकां नाल तबलीग कीती ਅਸਲ ਸਾਡੇ ਦੌਰ ਵਿੱਚ ਉਦੋਂ ਮੁਰਸ਼ਿਦ ਇਹਨਾਂ ਦਾ ਤਰਤੀਬ ਸੀ ਇੱਕ ਲੋਕਾਂ ਨੂੰ ਅੱਲਾ ਰਸੂਲ ਦੀਆਂ ਗੱਲਾਂ ਸੁਣਾਉਂਦੇ ਹਨ ਸੁਭਾਨ ਅੱਲਾ ਤੇ ਦੈਮ ਸਾਹਿਬ ਹੋਏ ਨੇ ਵਾਸੂ ਸੁਭਾਵੇ ਵਾਲੇ ਉਹ ਆਂਦੇ ਨੇ ਰੱਬ ਦੀ ਸ਼ਾਨ ਉਹਨਾਂ ਬਿਆਨ ਕੀਤੀ ਤੇ ਵੇਖੋ ਕੈਸੀ ਵੰਡ ਹੈ ਜੰਮਣ ਮਰਨ ਤੋਂ ਪਾ ਕੇ ਰੱਬ ਸਾਡਾ ਜੰਮਣ ਮਰਨ ਤੋਂ ਪਾ ਕੇ ਰੱਬ ਸਾਡਾ ਨਾ ਬੋਲੇ ਨਾ ਗੈਰ ਕਲਾਮ ਕਰਦਾ ਦਿੰਦਾ ਰੋਜ਼ੀ ਤੇ ਰੱਖਦਾ ਨਹੀਂ ਰੋਜ਼ੇ ਦਿੰਦਾ ਰੋਜ਼ੀ ਤੇ ਰੱਖਦਾ ਨਹੀਂ ਰੋਜ਼ੇ ਨਾ ਨਮਾਜ਼ ਪੇਸ਼ੀ ਸੁਬਹ ਸ਼ਾਮ ਪੜਦਾ ਤੇ ਫਜ਼ੀਲਤ ਆਪਣੇ ਮਹਿਬੂਬ ਦੀ ਕਿੱਡੀ ਦੱਸ ਛੜੀ ਹੈ ਹਲ ਕੇ ਕਾਇਨਾਤ ਨੇ ਦਿੰਦਾ ਰੋਜ਼ ਫਿਰ ਪਿਆਂਦੇ ਨੇ ਇਹਦੇ ਵਿੱਚ ਥੋੜੀ ਜਿਹੀ ਮੈਂ ਆਖਿਆ ਤਸ਼ਰੀਹ ਵੀ ਹੋ ਜਾਏ ਤੁਹਾਨੂੰ ਜਰਾ ਸਮਝ ਆ ਜੇ ਜੰਮਣ ਮਰਨ ਤੋਂ ਪਾ ਕੇ ਰੱਬ ਸਾਡਾ ਨਾ ਬੋਲੇ ਨਾ ਗੈਰ ਕਲਾਮ ਕਰਦਾ ਦਿੰਦਾ ਰੋਜ਼ੀ ਤੇ ਰੱਖਦਾ ਨਹੀਂ ਰੋਜ਼ੇ ਨਾ ਨਮਾਜ਼ ਪੇਸ਼ੀ ਸੁਬਹ ਸ਼ਾਮ ਪੜਦਾ ਤੇ ਇੱਕ ਵਜ਼ੀਫਾ ਨਾਲ ਰਲ ਸਾਡੇ ਜ਼ੁਲ ਜਲਾਲ ਵਾਲ ਇਕਰਾਮ ਪੜਦਾ ਦੈਮ ਰੱਬ ਹੈ ਸਾਡਾ ਪੀਰ ਭਾਈ ਉੱਤੇ ਨਬੀ ਦੇ ਦਰੂਦ ਸਲਾਮ ਪੜਦਾ ਵੀ ਤੁਸੀਂ ਦਰੂਦ ਪੜੋ ਤੇ ਮੈਂ ਵੀ ਪੜਦਾ ਉਹ ਸਸਤੀ ਤੇ ਤੁਸੀਂ ਵੀ ਪੜੋ ਤੇ ਮੈਂ ਵੀ ਪੜਦਾ ਸਾਡੇ ਨਾਲ ਰਲ ਕੇ ਹਲਕ ਪੜੋ ਬੈਠਕ ਚ ਮੇਰੇ ਪੁੱਤਰ ਨੇ ਕਲਾਮ ਵਧੀਆ ਪੇਸ਼ ਕੀਤਾ ਮੀਆਂ ਸਾਹਿਬ ਦਾ ਤੇ ਮਜ਼ਾ ਆ ਗਿਆ ਤੇ ਹੁਣ ਚੌਧਰੀ ਸੁਨੈਣ ਬਸ ਬੈਠੇ ਨੇ ਤੇ ਇਹਨਾਂ ਨਾਲ ਕੋਈ ਗੱਲ ਕਰ ਲੋ ਤੇ ਬਸ ਇਜਾਜ਼ਤ ਲਈਏ ਅੱਜ ਦੇ ਪ੍ਰੋਗਰਾਮ ਵਾਸਤੇ ਇੰਨਾ ਹੀ ਇਜਾਜ਼ਤ ਚਾਹੁੰਦੇ ਆ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੀ ਪੰਜਾਬੀ ਜ਼ਬਾਨ ਵਿੱਚ ਆਪਣੇ ਲਹਿਜੇ ਦੇ ਵਿੱਚ ਮਜ਼ੀਦ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਰਾਂਗੇ ਪੰਜਾਬੀ ਜ਼ਬਾਨ ਦੇ ਬਾਰੇ ਵੀ ਦੱਸਾਂਗੇ ਇਜਾਜ਼ਤ ਦਿਓ ਖੁਦਾ ਹਾਫਿਜ਼ ਤੇ ਨਾਲੇ ਦੂਜੀਆਂ ਇਲਾਕਿਆਂ ਦੀ ਵੀ ਜ਼ਬਾਨ ਦੀ ਇਹਦੇ ਵਿੱਚ ਜਰਾ ਫਰੋਗ ਦਿੱਤਾ ਜਾਏਗਾ ਚਨਿਓਟ ਮੰਡੀ ਬਾਵਲ ਦੀ ਆਪਣਾ ਸਾਰੇ ਪੰਜਾਬ ਸਾਰੇ ਇਹਨਾਂ ਵਿੱਚ ਜੀ ਅਗਲੇ ਪ੍ਰੋਗਰਾਮ ਦਾ ਤੁਹਾਨੂੰ ਜ਼ਰੂਰ ਇਹਦਾ ਬਾਰੇ ਗਾ